ਹੈਲੋ ਔਰਵਨ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਇਟਸ ਜੀਕੇ ਗੁਰਜੀਤੇ। ਤਾਂ ਦੋਸਤੋ ਅਸੀਂ ਸਟਾਰਟ ਕੀਤਾ ਹੋਇਆ ਸੀ ਪੰਜਾਬ ਜੀਕੇ। ਪੰਜਾਬ ਜੀਕੇ ਚ ਅਸੀਂ ਪੜ੍ਹ ਰਹੇ ਸੀ ਗੁਰੂ ਨਾਨਕ ਦੇਵ ਜੀ ਬਾਰੇ ਮਹੱਤਵਪੂਰਨ ਪ੍ਰਸ਼ਨ। ਐਸ ਤੋਂ ਪਹਿਲਾਂ ਅਸੀਂ ਪੰਜਾਬ ਜੀਕੇ ਦੇ ਦੋ ਪਾਠ ਹੈ ਜਿਹੜੇ ਕਵਰ ਕਰ ਚੁੱਕੇ ਹਾਂ। ਜੇਕਰ ਤੁਸੀਂ ਉਹ ਦੋ ਪਾਠ ਨਹੀਂ ਵੇਖੇ ਤਾਂ ਅੱਜ ਦੀ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ 'ਚ ਉਹਨਾਂ ਦੇ ਲਿੰਕ ਹੈ ਜਿਹੜੇ ਅਸੀਂ ਦੇ ਦੇਵਾਂਗੇ। ਉੱਥੋਂ ਜਾ ਕੇ ਤੁਸੀਂ ਵੇਖ ਸਕਦੇ ਹੋ। ਤਾਂ ਸਟਾਰਟ ਕਰਦੇ ਆ ਅੱਜ ਦੀ ਵੀਡੀਓ ਹਾਂਜੀ ਸਾਡਾ ਫਰਸਟ ਕੁਸ਼ਨ ਆਂਦਾ ਹੈ ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਕੀ ਕੰਮ ਕਰਦੇ ਸਨ ਸਾਡੇ ਕੋਲ ਚਾਰ ਆਪਸ਼ਨ ਨੇ ਫਰਸਟ ਦਿੱਤਾ ਹੈ ਤਰਖਾਨ ਸੈਕਿੰਡ ਦਿੱਤਾ ਹੈ ਵਪਾਰੀ ਥਰਡ ਹੈਗਾ ਪਟਵਾਰੀ ਤੇ ਫੋਰਥ ਦਿੱਤਾ ਹੈ ਠੇਕੇਦਾਰ ਤਾਂ ਗੁਰਨਾਨਕ ਦੇਵ ਜੀ ਦੇ ਪਿਤਾ ਜੀ ਕੰਮ ਕਰਦੇ ਸਨ ਪਟਵਾਰੀ ਦਾ ਤਾਂ ਇਸ ਦਾ ਜਿਹੜਾ অপশন সি এ ਜਿਹੜਾ ਆਪਣਾ கரੈਕਟ ਹੋ ਜਾਵੇਗਾ ਪਟਵਾਰੀ ਨੈਕਸਟ ਕੁਐਸਚਨ ਵੱਲ ਚੱਲਦੇ ਆ। ਸਾਡਾ ਨੈਕਸਟ ਕੁਐਸਚਨ ਆ ਜਾਂਦਾ ਜੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਦਾ ਅਜੋਕਾ ਨਾਂ ਕੀ ਹੈ? ਸਾਡੇ ਕੋਲ ਚਾਰ অপਸ਼ਨ ਦਿੱਤੇ ਹੋਏ ਨੇ। ਫਰਸਟ ਹੈਗਾ ਨਾਨਕ ਮੱਤਾ, ਸੈਕੰਡ ਦਿੱਤਾ ਹੈ ਚੱਕ ਨਾਨਕੀ, ਥਰਡ ਹੈਗਾ ਨਾਨਕ ਸਰ ਤੇ ਫੋਰਥ ਦਿੱਤਾ ਹੈ ਨਨਕਾਣਾ ਸਾਹਿਬ ਤਾਂ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਦਾ ਜਿਹੜਾ ਅਜੋਕਾ ਨਾਂ ਹੈ ਉਹ ਹੈਗਾ ਜੀ ਨਨਕਾਣਾ ਸਾਹਿਬ ਤਾਂ অপਸ਼ਨ ਡੀ ਹੈ ਜਿਹੜਾ ਆਪਣਾ ਕਰੈਕਟ ਹੋ ਜਾਵੇਗਾ ਨੈਕਸਟ ਕੁਐਸਚਨ ਵੱਲ ਚੱਲਦੇ ਆ ਤਾਂ ਦਾ ਨੈਕਸਟ ਕੁਐਸਚਨ ਆਂਦਾ ਹੈ ਜੀ ਗੋਰਖ ਮੱਤਾ ਕਿਹੜੇ ਪ੍ਰਦੇਸ਼ ਵਿੱਚ ਸਥਿਤ ਹੈ ਸਾਡੇ ਕੋਲ ਚਾਰ অপਸ਼ਨ ਨੇ ਫਰਸਟ ਦਿੱਤਾ ਹੈ ਹਿਮਾਚਲ ਪ੍ਰਦੇਸ਼ ਸੈਕਿੰਡ ਦਿੱਤਾ ਹੈ ਨੇਪਾਲ ਥਰਡ ਦਿੱਤਾ ਹੈ ਉੱਤਰ ਪ੍ਰਦੇਸ਼ ਤੇ ਫੋਰਥ ਹੈਗਾ Odisha ਤਾਂ ਗੋਰਖ ਮੱਤਾ ਜਿਹੜਾ ਇਹ ਹੈਗਾ ਜੀ ਉੱਤਰ ਪ੍ਰਦੇਸ਼ ਵਿੱਚ ਤਾਂ ਇਸ ਕੁਐਸਚਨ ਦਾ ਸੀ ਆਪਸ਼ਨ ਹੈ ਜਿਹੜਾ ਆਪਣਾ ਕਰੈਕਟ ਹੋ ਜਾਵੇਗਾ ਉੱਤਰ ਪ੍ਰਦੇਸ਼ ਨੈਕਸਟ ਕੁਐਸਚਨ ਵੱਲ ਚਲਦੇ ਹਾਂ ਨੈਕਸਟ ਕੁਐਸਚਨ ਆ ਜਾਂਦਾ ਜੀ ਆਤਮ ਸਮਰਪਣ ਤੋਂ ਕੀ ਪਾਵਾਂ ਆਤਮ ਸਮਰਪਣ ਤੋਂ ਕੀ ਪਾਵੇ ਸਾਡੇ ਕੋਲ ਚਾਰ ਆਪਸ਼ਨ ਦਿੱਤੇ ਹੋਏ ਨੇ ਫਰਸਟ ਹੈਗਾ ਬੁਰਾਈਆਂ ਦਾ ਤਿਆਗ ਕਰਨਾ ਸੈਕਿੰਡ ਦਿੱਤਾ ਹੈ ਹੰਕਾਰ ਦਾ ਤਿਆਗ ਕਰਨਾ ਥਰਡ ਹੈਗਾ ਸੌਂਪਣਾ ਤੇ ਫੋਰਥ ਹੈਗਾ ਰੱਬ ਦੇ ਪਾਣੇ ਨੂੰ ਮੰਨਣਾ ਤਾਂ ਇਸ ਕੁਐਸਚਨ ਦਾ ਜਿਹੜਾ ਕਰੈਕਟ ਆਨਸਰ ਹੋ ਜਾਵੇਗਾ ਉਹ ਹੋ ਜਾਵੇਗਾ ਜੀ ਹੰਕਾਰ ਦਾ ਤਿਆਗ ਕਰਨਾ ਆਤਮ ਸਮਰਪਣ ਤੋਂ ਪਾਵੇਗਾ ਜੀ ਹੰਕਾਰ ਦਾ ਤਿਆਗ ਕਰਨਾ ਤਾਂ অপਸ਼ਨ B ਹੈ ਜਿਹੜਾ ਇਸ ਕੁਐਸਚਨ ਦਾ ਉਹ ਕਰੈਕਟ ਹੋ ਜਾਵੇਗਾ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਸੱڈن ਨੈਕਸਟ ਕੁਐਸਚਨ ਆ ਜਾਂਦਾ ਜੀ ਸੰਗਤ ਤੇ ਪੰਗਤ ਨਾਮਕ ਸੰਸਥਾ ਦੀ ਸਥਾਪਨਾ ਕਿੱਥੇ ਕੀਤੀ ਗਈ ਸੀ ਸਾਡੇ ਕੋਲ ਚਾਰ অপਸ਼ਨ ਨੇ ਫਸਟ ਦਿੱਤਾ ਹੈ ਖਡੂਰ ਸਾਹਿਬ ਸੈਕਿੰਡ ਦਿੱਤਾ ਹੈ ਕਰਤਾਰਪੁਰ 3 ਹੈ ਗਏ ਗੋਵਿੰਦਵਾਲ ਤੇ 4th ਦਿੱਤਾ ਹੈ ਲਾਹੌਰ ਤਾਂ ਸੰਗਤ ਤੇ ਪੰਗਤ ਨਾਮਕ ਸੰਸਥਾਵਾਂ ਦੀ ਸਥਾਪਨਾ ਕੀਤੀ ਗਈ ਸੀ ਕਰਤਾਰਪੁਰ ਵਿੱਚ ਐਸ ਕੁਸ਼ਣ ਦਾ অপਸ਼ਨ B ਹੈ ਜਿਹੜਾ ਆਪਣਾ கரੈਕਟ ਹੋ ਜਾਵੇਗਾ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਕਿਉਂਕਿ ਤੁਹਾਡੇ ਹਰ ਇੱਕ ਲਾਈਕ ਨਾਲ ਸਾਨੂੰ ਹੌਸਲਾ ਮਿਲਦਾ ਹੈ ਜੀ ਨੈਕਸਟ ਕੁਐਸਚਨ ਆਂਦਾ ਹੈ ਜੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਮੇ ਮੁਸਲਿਮ ਸਮਾਜ ਕਿੰਨੀਆਂ ਸ਼੍ਰੇਣੀਆਂ ਵਿੱਚ ਵੰਡਿਆ ਹੋਇਆ ਸੀ ਸਾਡੇ ਕੋਲ ਚਾਰ ਆਪਸ਼ਨ ਨੇ ਏ ਦਿੱਤਾ ਹੈ ਇੱਕ ਸ਼੍ਰੇਣੀ ਵਿੱਚ ਬੀ ਹੈਗਾ ਦੋ ਸ਼੍ਰੇਣੀ ਵਿੱਚ ਸੀ ਹੈਗਾ ਤਿੰਨ ਸ਼੍ਰੇਣੀ ਅਤੇ ਡੀ ਦਿੱਤਾ ਹੈ ਚਾਰ ਸ਼੍ਰੇਣੀ ਤਾਂ ਇਸ ਕੁਐਸਚਨ ਦਾ ਜਿਹੜਾ ਕਰੈਕਟ ਆਨਸਰ ਹੋ ਜਾਵੇਗਾ ਆਪਸ਼ਨ ਨੰਬਰ ਸੀ ਤਿੰਨ ਗੁਰੂ ਨਾਨਕ ਦੇਵ ਜੀ ਦੇ ਸਮੇਂ ਮੁਸਲਿਮ ਸਮਾਜ ਨੂੰ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਹੋਇਆ ਸੀ। ਨੈਕਸਟ ਕੁਐਸਚਨ ਵੱਲ ਚਲਦੇ ਹਾਂ। ਸਾਡਾ ਨੈਕਸਟ ਕੁਐਸਚਨ ਆ ਜਾਂਦਾ ਜੀ ਜਨੇਊ ਦੀ ਰਸਮ ਹਿੰਦੂ ਸਮਾਜ ਵਿੱਚ ਕਦੋਂ ਨਿਭਾਈ ਜਾਂਦੀ ਹੈ? ਸਾਡੇ ਕੋਲ ਚਾਰ ਆਪਸ਼ਨ ਨੇ ਫਸਟ ਹੈਗਾ ਜਨਮ ਸਮੇ, ਸੈਕੰਡ ਦਿੱਤਾ ਹੈ ਵਿਆਹ ਸਮੇ, ਥਰਡ ਹੈਗਾ ਮੌਤ ਸਮੇ ਤੇ ਫੋਰਥ ਹੈਗਾ ਪਚਪੰਸ ਸਮੇ। तो जनेऊ की जी रस्म वो निभाई जाती है बचपन समय तो ऑप्शन डी है जो अपना कुरेक्ट हो जाएगा जनेऊ की रसम हिंदू समाज में बचपन समय निभाई जाती है नैक्सट क्वेश्चन वाल चलदा नैक्सट क्वेश्चन आ जाते जी जनेऊ की है साढ़े को चार ऑप्शन ने ਵਸਤਿਤ ਹੈ ਸੁੱਤੀ ਤਾਗਾ ਸੈਕੰਡ ਹੈਗਾ ਰੇਸ਼ਮੀ ਤਾਗਾ 3 ਦਿੱਤਾ ਹੈ ਓਨ ਦੀ ਬਣੀ ਮਾਲਾ ਤੇ 4 ਤੇਗਾ ਇੰਨਾ ਵਿੱਚੋਂ ਕੋਈ ਨਹੀਂ ਤਾਂ ਇਸ ਕੁਐਸਚਨ ਦਾ ਕਰੈਕਟ ਆਨਸਰ ਹੋ ਜਾਵੇਗਾ অপਸ਼ਨ ਨੰਬਰ 1 ਜਿਹਨੂੰ ਜਿਹੜਾ ਹੁੰਦਾ ਹੈ ਉਹ ਹੁੰਦਾ ਜੀ ਸੁੱਤੀ ਤਾਗਾ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਨੈਕਸਟ ਕੁਐਸਚਨ ਹੈਗਾ ਜੀ अंजनमही निरंजन ਤੋਂ ਕੀਪਾ ਸਾਡੇ ਕੋਲ ਚਾਰ ਆਪਸ਼ਨ ਦਿੱਤੇ ਹੋਏ ਨੇ ਫਰਸਟ ਹੈਗਾ ਰੱਬ ਦੀ ਰਜਾ ਵਿੱਚ ਖੁਸ਼ ਰਹਿਣਾ ਸੈਕੰਡ ਹੈਗਾ ਸੰਸਾਰਿਕ ਬੁਰਾਈਆਂ ਵਿੱਚ ਰਹਿੰਦੇ ਹੋਏ ਸਦਾ ਜੀਵਨ ਬਤੀਤ ਕਰਨਾ ਥਰਡ ਦਿੱਤਾ ਹੈ ਜਨਮ ਮਰਨ ਦੇ ਚੱਕਰ ਤੋਂ ਮੁਕਤ ਹੋਣਾ ਤੇ ਫੋਰਥ ਹੈਗਾ ਮਿਹਨਤ ਦੀ ਰੋਟੀ ਖਾਣਾ ਤੇ ਸਤਨਾਮ ਦਾ ਜਾਪ ਕਰਨਾ ਤਾਂ ਇਸ ਕੁਸ਼ਨ ਦਾ ਜਿਹੜਾ கரੈਕਟ ਆਨਸਰ ਹੋ ਜਾਵੇਗਾ অপਸ਼ਨ ਨੰਬਰ B ਸੰਸਾਰਿਕ ਬੁਰਾਈਆਂ ਵਿੱਚ ਰਹਿੰਦੇ ਹੋਏ ਸਦਾ ਜੀਵਨ ਬਤੀਤ ਕਰਨਾ ਅੰਜਨ ਮਹਾਂ ਨਿਰੰਜਨ ਤੋਂ ਪਾਵੇਗਾ ਸੰਸਾਰਿਕ ਬੁਰਾਈਆਂ ਵਿੱਚ ਰਹਿੰਦੇ ਹੋਏ ਸਦਾ ਜੀਵਨ ਬਤੀਤ ਕਰਨਾ ਤਾਂ অপਸ਼ਨ B ਹੈ ਜਿਹੜਾ ਆਪਣਾ கரੈਕਟ ਹੋ ਜਾਵੇਗਾ ਨੈਕਸਟ ਕੁਐਸਚਨ ਵੱਲ ਚੱਲਦੇ ਆਂ ਸਾਡਾ ਨੈਕਸਟ ਕੁਐਸਚਨ ਆ ਜਾਂਦਾ ਜੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਜਿੱਥੇ ਸਮਿਆਂਾ ਸੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਪੰਜਾਬ ਕਿਸ ਨਾਂ ਨਾਲ ਜਾਣਿਆ ਜਾਂਦਾ ਸੀ ਸਾਡੇ ਕੋਲ ਚਾਰ ਆਪਸ਼ਨ ਨੇ ਫਸਟ ਦਿੱਤਾ ਹੈ ਲਾਹੌਰ ਸੈਕਿੰਡ ਦਿੱਤਾ ਹੈ ਲਾਹੌਰ ਪ੍ਰਾਂਤ ਥਰਡ ਹੈਗਾ ਪੰਚਨਦ ਤੇ ਫੋਰਥ ਦਿੱਤਾ ਹੈ ਇਨਾਂ ਵਿੱਚੋਂ ਕੋਈ ਨਹੀਂ ਤਾਂ ਗੁਰੂ ਨਾਨਕ ਦੇਵ ਜੀ ਦੇ ਸਮੇਂ ਪੰਜਾਬ ਨੂੰ ਨਾ ਤਾਂ ਲਾਹੌਰ ਨਾਂ ਨਾਲ ਜਾਣਿਆ ਜਾਂਦਾ ਸੀ ਨਾ ਲਾਹੌਰ ਪ੍ਰਾਂਤ ਨਾ ਪੰਚਨਦ ਤਾਂ ਇਸ ਦਾ ਕਰੈਕਟ ਆਨਸਰ ਹੋ ਜਾਵੇਗਾ ਆਪਸ਼ਨ ਨੰਬਰ ਡੀ ਇਨਾਂ ਵਿੱਚੋਂ ਕੋਈ ਨਹੀਂ ਨੈਕਸਟ ਕੁਐਸਚਨ ਵੱਲ ਚਲਦੇ ਹਾਂ ਨੈਕਸਟ ਕੁਐਸਚਨ ਆ ਜਾਂਦਾ ਹੈ ਗੁਰੂ ਨਾਨਕ ਦੇਵ ਜੀ ਦੇ ਜਨਮ ਸਮੇਂ ਪੰਜਾਬ ਪ੍ਰਮੁੱਖ ਧਰਮ ਕਿਹੜਾ ਸੀ ਪੰਜਾਬ ਵਿੱਚ ਪ੍ਰਮੁੱਖ ਧਰਮ ਕਿਹੜਾ ਸੀ ਸਾਡੇ ਕੋਲ ਚਾਰ ਆਪਸ਼ਨ ਨੇ ਫਸਟ ਦਿੱਤਾ ਹੈ ਹਿੰਦੂ ਸੈਕੰਡ ਦਿੱਤਾ ਹੈ ਬੁੱਧ ਥਰਡ ਹੈਗਾ ਇਸਲਾਮ ਤੇ ਫੋਰਥ ਦਿੱਤਾ ਹੈ ਜੈਨ ਤਾਂ ਗੁਰੂ ਨਾਨਕ ਦੇਵ ਜੀ ਦੇ ਸਮੇਂ ਪੰਜਾਬ ਵਿੱਚ ਜਿਹੜਾ ਪ੍ਰਮੁੱਖ ਧਰਮ ਹੈਗਾ ਸੀ ਉਹ ਹੈਗਾ ਸੀ Hindu ਤਾਂ ਐਸ ਕੁਸ਼ਚਨ ਦਾ ਫਰਸਟ ਆਪਸ਼ਨ ਹੈ ਜਿਹੜਾ ਕਰੈਕਟ ਹੋ ਜਾਵੇਗਾ ਨੈਕਸਟ ਕੁਸ਼ਚਨ ਵੱਲ ਚਲਦੇ ਆ ਨੈਕਸਟ ਕੁਸ਼ਚਨ ਹੈਗਾ ਜੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਭਾਰਤ ਤੇ ਕਿਸ ਵੰਸ਼ ਦਾ ਰਾਜ ਹੈਗਾ ਸੀ ਸਾਡੇ ਕੋਲ ਚਾਰ ਆਪਸ਼ਨ ਨੇ ਫਰਸਟ ਹੈਗਾ ਲੋਧੀ ਵੰਸ਼ ਸੈਕੰਡ ਹੈਗਾ ਵੈਸ਼ਨੋ ਮਤ ਥਰਡ ਹੈਗਾ ਸੈयद ਵੰਸ਼ ਤੇ ਫੋਰਥ ਹੈਗਾ ਗੁਲਾਮ ਵੰਸ਼ ਤਾਂ ਗੁਰੂ ਨਾਨਕ ਦੇਵ ਜੀ ਦੇ ਸਮੇਂ ਭਾਰਤ ਤੇ ਜਿਹੜੇ ਵੰਸ਼ ਦਾ ਰਾਜ ਹੈਗਾ ਸੀ ਉਹ ਹੈਗਾ ਜੀ ਲੋਦੀ ਵੰਸ਼ ਇਸ ਕੁਸ਼ਚਨ ਦਾ অপਸ਼ਨ 1st ਹੈ ਜਿਹੜਾ ਆਪਣਾ கரੈਕਟ ਹੋ ਜਾਵੇਗਾ ਨੈਕਸਟ ਕੁਸ਼ਚਨ ਵੱਲ ਚਲਦੇ ਆ ਗੁਰੂ ਨਾਨਕ ਦੇਵ ਜੀ ਨੇ ਆਪਣੀ ਕਿਹੜੀ ਰਚਨਾ ਵਿੱਚ ਇਸਤਰੀ ਨੂੰ ਸਨਮਾਨ ਦੇਣ ਦਾ ਜ਼ਿਕਰ ਕੀਤਾ ਫਸਟ ਹੈਗਾ ਜੇਪੂਜੀ ਸਾਹਿਬ ਸੈਕਿੰਡ ਦਿੱਤਾ ਹੈ ਵਾਰਮਲਾ ਥਰਡ ਹੈਗਾ ਆਸਾਂ ਦੀ ਵਾਰ ਤੇ ਫੋਰਥ ਹੈਗਾ 12 ਮਾ ਇਸ ਕੁਸ਼ਨ ਦਾ ਜਿਹੜਾ கரੈਕਟ ਆਨਸਰ ਹੋ ਜਾਵੇਗਾ অপਸ਼ਨ ਨੰਬਰ ਸੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਆਸਾਂ ਦੀ ਵਾਰ ਰਚਨਾ ਵਿੱਚ ਇਸਤਰੀ ਨੂੰ ਸਨਮਾਨ ਦੇਣ ਦਾ ਜ਼ਿਕਰ ਕੀਤਾ ਹੈ ਇਸ ਕੁਸ਼ਨ ਦਾ ਸੀ অপਸ਼ਨ ਹੈ ਜਿਹੜਾ ਆਪਣਾ கரੈਕਟ ਹੋ ਜਾਵੇਗਾ ਨੈਕਸਟ ਕੁਸ਼ਨ ਵੱਲ ਚਲਦੇ ਹਾਂ ਨੈਕਸਟ ਕੁਐਸਚਨ ਹੈਗਾ ਜੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਮੇ ਦਿੱਲੀ ਦਾ ਸ਼ਾਸਕ ਕੌਣ ਸੀ ਚਾਰ ਆਪਸ਼ਨ ਦਿੱਤੇ ਹੋਏ ਨੇ ਫਰਸਟ ਹੈਗਾ ਇਬਰਾਇਮ ਲੋਧੀ ਸੈਕੰਡ ਦਿੱਤਾ ਹੈ ਬਾਬਰ ਥਰਡ ਹੈਗਾ ਬਹਿਲੋਲ ਲੋਧੀ ਤੇ ਫੋਰਥ ਦਿੱਤਾ ਹੈ ਸਿਕੰਦਰ ਲੋਧੀ ਤਾਂ ਗੁਰੂ ਨਾਨਕ ਦੇਵ ਜੀ ਦੇ ਸਮੇ ਦਿੱਲੀ ਦਾ ਜਿਹੜਾ ਸ਼ਾਸਕ ਹੈਗਾ ਜੀ ਉਹ ਹੈਗਾ ਸੀ ਬਹਿਲੋਲ ਲੋਧੀ ਤਾਂ ਆਪਸ਼ਨ ਸੀ ਇਹ ਜਿਹੜਾ ਇਸ ਕੁਐਸਚਨ ਦਾ ਕਰੈਕਟ ਹੋ ਜਾਵੇਗਾ ਨੈਕਸਟ ਕੁਐਸਚਨ ਵੱਲ ਚਲਦੇ ਆਂ ਨੈਕਸਟ ਕੁਐਸਚਨ ਹੈਗਾ ਜੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਮੇਂ Hindu ਧਰਮ ਦਾ ਕਿਹੜਾ মত ਪ੍ਰਚਲਿਤ ਸੀ ਸਾਡੇ ਕੋਲ ਚਾਰ ਆਪਸ਼ਨ ਨੇ ਫਸਟ ਹੈਗਾ ਸ਼ੇਵ মত ਸੈਕੰਡ ਹੈ ਤੇ ਵਿਸ਼ਨੋ মত ਥਰਡ ਹੈਗਾ ਸ਼ਕਤੀ মত ਤੇ ਫੋਰਥ ਹੈਗਾ ਉਪਰੋਕਤ ਸਾਰੇ ਗੁਰੂ ਨਾਨਕ ਦੇਵ ਜੀ ਦੇ ਸਮੇਂ Hindu ਧਰਮ ਦੇ ਸ਼ੇਵ মত ਵੀ पेशणमतवी शक्तिमतवी ਇਹ ਸਾਰੇ মতਵੀ ਜਿਹੜੇ ਪ੍ਰਚਲਿਤ ਸਨ ਤੇ ਇਸ ਕੁਐਸਚਨ ਦਾ ਜਿਹੜਾ ਆਪਸ਼ਨ ਡੀ ਆਪਣਾ ਕਰੈਕਟ ਹੋ ਜਾਵੇਗਾ ਉਪਰੋਕਤ ਸਾਰੇ ਨੈਕਸਟ ਕੁਐਸਚਨ ਵੱਲ ਚਲਦੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਦੇਵ ਜੀ ਦੇ ਕਿੰਨੇ ਸ਼ਬਦ ਦਰਜ ਹਨ ਫਸਟ ਆਪਸ਼ਨ ਹੈਗਾ 907 ਸੈਕੰਡ ਦਿੱਤਾ ਹੈ 974 ਥਰਡ ਹੈਗਾ 678 ਤੇ ਫੋਰਥ ਦਿੱਤਾ ਹੈ 116 ਤਸ਼ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਦੇਵ ਜੀ ਦੇ 974 ਸ਼ਬਦ ਜਿਹੜੇ ਦਾਰਜ ਨੇ অপਸ਼ਨ ਬੀ ਹੈ ਜਿਹੜਾ ਆਪਣਾ கரੈਕਟ ਹੋ ਜਾਵੇਗਾ ਨੈਕਸਟ ਕੁਐਸਚਨ ਵੱਲ ਚੱਲਦੇ ਆ ਸੜਾ ਨੈਕਸਟ ਕੁਐਸਚਨ ਆ ਜਾਂਦਾ ਜੀ ਗੁਰੂ ਨਾਨਕ ਦੇਵ ਜੀ ਨੇ ਕਿਹੜੇ ਸਥਾਨ ਤੇ ਦولت ਖਾਂ ਲੋਧੀ ਦੀ ਨੌਕਰੀ ਕੀਤੀ ਸੀ ਫਸਟ অপਸ਼ਨ ਹੈ ਸਰਹੱਦ ਸੈਕਿੰਡ ਦਿੱਤਾ ਹੈ ਪਸ਼ਾਵਰ ਥਰਡ ਹੈਗਾ ਸੁਲਤਾਨਪੁਰ ਤੇ ਫੋਰਥ ਦਿੱਤਾ ਹੈ ਲਾਹੌਰ ਤਾਂ ਗੁਰੂ ਨਾਨਕ ਦੇਵ ਜੀ ਨੇ ਦولت ਖਾਂ ਲੋਧੀ ਦੀ ਨੌਕਰੀ ਕੀਤੀ ਸੀ ਸੁਲਤਾਨਪੁਰ ਤਾਂ ਇਸ ਕੁਸ਼ਣ ਦਾ অপਸ਼ਨ ਸੀ ਹੈ ਜਿਹੜਾ ਆਪਣਾ ਕਰੈਕਟ ਹੋ ਜਾਵੇਗਾ ਸੁਲਤਾਨਪੁਰ ਨੈਕਸਟ ਕੁਸ਼ਣ ਵੱਲ ਚਲਦੇ ਹਾਂ ਨੈਕਸਟ ਕੁਐਸਚਨ ਆ ਜਾਂਦਾ ਜੀ ਬਾਲਕ ਨਾਨਕ ਨੂੰ ਜਨੇਊ ਪਾਣ ਦੀ ਰਸਮ ਪੂਰੀ ਕਰਨ ਲਈ ਕਿਹੜਾ ਪੰਡਿਤ ਬੁਲਾਇਆ ਗਿਆ ਸੀ ਤਾਂ ਚਾਰ ਆਪਸ਼ਨ ਨੇ ਫਸਟ ਜਗ੍ਹਾ ਪੰਡਿਤ ਕਿਰਪਾ RAM ਸੈਕੰਡ ਦਿੱਤਾ ਹੈ ਪੰਡਿਤ ਹਰੀਦੇয়াল ਥਰਡ ਹੈਗਾ ਪੰਡਿਤ ਗੋਪਾਲ ਤੇ ਡੀ ਦਿੱਤਾ ਹੈ ਰੁਕਨੁਦੀਨ ਰੁਕ ਨੂਰਦੀਨ ਤਾਂ ਬਾਲਕ ਨਾਨਕ ਨੂੰ ਜਨੇਊ ਪਾਣ ਦੀ ਰਸਮ ਕਰਨ ਸਮੇਂ ਜਿਹੜੇ ਪੰਡਿਤ ਨੂੰ ਬੁਲਾਇਆ ਗਿਆ ਸੀ ਉਹ ਹੈਗੇ ਸਨ ਪੰਡਿਤ ਹਰਦੇਵਾਲ ਤਾਂ ਇਸ ਕੁਸ਼ਚਨ ਦਾ ਜਿਹੜਾ ਬੀ ਆਪਸ਼ਨ ਹੈ ਜਿਹੜਾ ਕਰੈਕਟ ਹੋ ਜਾਵੇਗਾ ਨੈਕਸਟ ਕੁਸ਼ਚਨ ਵੱਲ ਚਲਦੇ ਆਂ ਨੈਕਸਟ ਕੁਸ਼ਚਨ ਆ ਜਾਂਦਾ ਜੀ ਗੁਰੂ ਨਾਨਕ ਦੇਵ ਜੀ ਦਾ ਜਨਮ ਕਿਹੜੀ ਸਦੀ ਵਿੱਚ ਹੋਇਆ ਸੀ ਸਾਡੇ ਕੋਲ ਚਾਰ ਆਪਸ਼ਨ ਨੇ 1st ਦਿੱਤਾ ਹੈ 14ਵੀਂ ਸਦੀ ਸੈਕੰਡ ਹੈਗਾ 15ਵੀਂ ਸਦੀ ਥਰਡ ਹੈਗਾ 16ਵੀਂ ਸਦੀ ਤੇ অপਸ਼ਨ ਡੀ ਹੈਗਾ 13ਵੀਂ ਸਦੀ ਤਾਂ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਸੀ 15ਵੀਂ ਸਦੀ ਵਿੱਚ ਤਾਂ ਇਸ ਕੁਐਸ਼ਨ ਦਾ ਬੀ অপਸ਼ਨ ਆ ਜਿਹੜਾ ਕਰੈਕਟ ਹੋ ਜਾਵੇਗਾ ਤੇ ਅੱਜ ਦਾ ਲਾਸਟ ਕੁਐਸ਼ਨ ਜਿਹਦਾ ਜਵਾਬ ਤੁਸੀਂ ਕਮੈਂਟ ਬਾਕਸ 'ਚ ਦੱਸਣਾ ਹੈ ਜੀ ਰਬਾਬ ਕੀ ਹੈ ਰਬਾਬ ਕੀ ਹੈ ਸਾਡੇ ਕੋਲ ਚਾਰ ਆਪਸ਼ਨ ਨੇ ਫਸਟ ਦਿੱਤਾ ਹੈ ਸਥਾਨ ਦਾ ਨਾਂ ਸੈਕਿੰਡ ਦਿੱਤਾ ਹੈ ਤਲਵਾਰ ਦਾ ਨਾਂ ਥਰਡ ਹੈਗਾ ਕੋੜੇ ਦਾ ਨਾਂ ਤੇ ਫੋਰਥ ਦਿੱਤਾ ਹੈ ਸੰਗੀਤ ਸਾਜ਼ ਤਾਂ ਇਸ ਕੁਸ਼ਣ ਦਾ ਆਨਸਰ ਹੈ ਜਿਹੜਾ ਕਮੈਂਟ ਬਾਕਸ 'ਚ ਤੁਸੀਂ ਦੱਸਣਾ ਹੈ ਲਾਸਟ ਵੀਡੀਓ 'ਚ ਇੱਕ ਕੁਸ਼ਣ ਪੁੱਛਿਆ ਸੀ ਤੁਹਾਡੇ ਕੋਲੋਂ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਬਾਰੇ ਜਾਣਕਾਰੀ ਦੇਣ ਵਾਲਾ ਸਭ ਤੋਂ ਵਿਸ਼ਵਾਸਯੋਗ ਸਰੋਤ ਕਿਹੜਾ ਹੈ ਤਾਂ ਉਸ ਕੁਸ਼ਣ ਦਾ ਜਿਹੜਾ கரੈਕਟ ਆਨਸਰ ਸੀ অপਸ਼ਨ ਨੰਬਰ ਸੀ ਆਦੀ ਗ੍ਰੰਥ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਜੇਕਰ ਚੈਨਲ ਤੇ ਤੁਸੀਂ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਪਾਸ ਲਗੇ ਬੈਲ ਆਈਕਨ ਨੂੰ ਵੀ ਜਰੂਰ ਪ੍ਰੈਸ ਕਰਿਓ ਤਾਂ ਜੋ ਤੁਹਾਨੂੰ ਸਾਡੀ ਹਰੇਕ ਵੀਡੀਓ ਦੀ ਨਈ ਨੋਟੀਫਿਕੇਸ਼ਨ ਜਿਹੜੀ ਟਾਈਮ ਨਾਲ ਮਿਲ ਸਕੇ ਮਿਲਦੇ ਆਂ ਨੈਕਸਟ ਵੀਡੀਓ 'ਚ ਉਦੋਂ ਤੱਕ ਦੇ ਲਈ Take care.